ਸਾਡਾ ਮੁੱਖ ਹੀ ਹੈ ਸਾਡੀ ਜਲਦੀ ਵੀ ਡਾਈਟਿੰਗ ਨਾ ਅਸੀਂ ਬ੍ਰੇਕਫਾਸਟ ਕਰ ਸਕਦੇ ਹਾਂ ਨਾ ਲੰਚ ਨਾ ਡਿਨਰ ਆਪਣੇ ਥੋੜ੍ਹੇ ਬਹੁਤਾ ਕੁਛ ਖਾ ਲਈਦਾ ਆ ਜਿਹੜੇ ਮੀਲ ਲਈਦੇ ਆ ਉਹ ਵੀ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਦਿਖਾ ਸਕਦੇ ਹਾਂ ਸਾਰਾ ਕੁਛ ਕਿ ਬ੍ਰੇਕਫਾਸਟ ਕੀ ਬਣਿਆ ਲੰਚ ਕੀ ਬਣਿਆ ਡਿਨਰ ਕੀ ਬਣਿਆ ਬਣੇ ਰਹੋ ਇਸ ਬਲੌਗ 'ਚ ਹੋਰ ਮਜ਼ੇਦਾਰ ਬਲੌਗ ਕਰਦੇ ਹਾਂ ਇਹ ਵਾਲਾ ਲੋ ਜੀ ਮਾਤਾ ਜੀ ਤੁਸੀਂ ਸਵੇਰੇ ਸ਼ੁਰੂ ਹੋ ਗਏ ਹਾਂਜੀ ਅੱਜ ਵੀਡੀਓ 'ਚ ਲੈ ਸਕਦਾ ਅੱਜ ਵੀਡੀਓ 'ਚ ਲੈ ਸਕਦਾ ਇਹ ਕੀ ਹੈ ਰਾਮ ਤੋਰੀ ਕਾਹਦੇ ਲਈ ਰਾਤ ਲਈ ਨਾ ਦੁਪਹਿਰ ਲਈ ਲੋ ਜੀ ਲੰਚ ਵੀ ਰੈਡੀ ਹੋ ਰਿਹਾ ਹੈ पिछले जिहड़े ब्लॉगां नूं प्यार दो अज सवेर दी की सैटिंग करदे आ ते की अज ब्रेकफास्ट करदे आ उहदा पहला वीडियो बनांदे आ फुल डे रूटीन दिखांदा इस ब्लॉग दे विच तुहानूं ब्रेकफास्ट टोस्ट ब्रेड टोस्ट ठीक है जी टोस्टर इत्थे कितें पिया होणा देखते हैं अब ड्यूटी मेरी लगती है किसी होर की लगती है मिक्सिंग मैं करनी पैनी है ब्रेड टोस्ट वाह मसाले मैं पा दिना भर भर के रखे जा रहे ने प्याज वगैरह उ वाह प्याज टमाटर ब्रेड टोस्ट होम बस टोस्ट की रेसिपी अमृतसर की रेसिपी है हुशियारपुर की दस देनी दसो सही लो जी लो टोस्ट 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 आही टैलेंट होंगे जी टोस्ट चेक करना बनिया के नहीं बनिया नहीं बनिया फिर दूसरी साइड तो बन गया इतली साइड तो लो जी रेडी हो गया बन गया चेक करिए वाह क्रिस्पी क्रिस्पी यही टेक्निक है लो जी टोस्ट रेडी लो जी चेक कर सकते हो क्रिस्पी क्रिस्पी टेस्टी टेस्टी जिहड़ी शॉप है ना मेरी ओह घर दे विच ही है ठीक है आ हैगी शॉप इहदा भी फुल टूर किस दिन दे दांगे सहज कुमार बैठे हुए है ब्रेकफास्ट शॉप चा की कर रहे है जी अपनी होलसेल की शॉप है मोबाइलों की एक्सेसरी की ठीक है इत्थे काम करीदा एडिटिंग दे लई का पीसीपी आ ठीक है जी एक आ लैपटॉप आ ते एक रूम दे विच हैगा आ जे रात नूं चल जीदा तां उपर एडिटिंग करीदी है ओह वी तुहानूं दिखाऊंगा ए किद्दां दे बणे टोस्ट मस्त जोक मारा लो जी लो टोस्ट खाली फिनिश ओ लैणा देखो लिया के दवा देखता हूं दस लिया के दवा देखता हूं ओके ਤੁਹਾਨੂੰ ਜਿਹੜਾ ਆਪਣਾ ਰੂਮ ਦਾ ਟੂਰ ਵੀ ਦੇ ਹੀ ਦਿੰਦੇ ਆ ਇੱਕ ਠੀਕ ਹੈ ਲੋ ਦੇਖੋ ਤੁਹਾਨੂੰ ਦੱਸਦੇ ਆ ਕਿਹੜਾ ਵੀ ਛੱਤ ਕੇ ਉੱਪਰ ਆ ਹੈਗਾ ਆਪਣਾ ਰੂਮ ਠੀਕ ਹੈ ਜੀ ਆ ਪੀਸੀ ਪਿਆ ਫ੍ਰੀ ਟਾਈਮ ਜਦੋਂ ਰਾਤ ਨੂੰ ਆਈਦਾ ਤਾਂ ਇੱਥੇ ਵੀ ਐਡੀਟਿੰਗ ਕਰ ਲਈਦੀ ਹੈ ਆ ਰੂਮ ਹੈ ਜੀ ਆਪਣਾ ਤੇ ਗੱਲ ਹੈ ਕਿ ਇੱਦਾਂ ਕਿ ਅੱਜ ਜਿੱਦਾਂ ਹੈਗਾ ਸੰਡੇ ਹੈਗਾ ਚੀਟ ਡੇ ਐਕਸਰਸਾਈਜ਼ ਦੇ ਵਿੱਚ ਤੇ ਇੱਕ ਅੱਧਾ ਟੋਸਟ ਅਸੀਂ ਵੀ ਟਰਾਈ ਕਰ ਸਕਦੇ ਹਾਂ ਤੇ ਹੁਣ ਟੋਸਟ ਖਾਂਦੇ ਹਾਂ ਦੇਖਦੇ ਹਾਂ ਕਿੱਦਾਂ ਦਾ ਬਣਿਆ ਮੇਰਾ ਸਹੀ ਬਣਾਈਓ ਸਹੀ ਦਾ ਕੀ ਮਤਲਬ ਹੋਇਆ ਸਹੀ ਦਾ ਮਤਲਬ ਇਹ ਹੋਇਆ ਕਿ ਮੇਰਾ ਜਲਿਆ ਨਾ ਹੋਵੇ ਮੈਂ ਲੋ ਜੀ ਲੋ ਰੈਡੀ ਫਾਰ ਇਟ ਲੋ ਜੀ ਅਸੀਂ ਵੀ ਲੈ ਰਹੇ ਹਾਂ ਆਪਣਾ ਟੋਸਟ ਤੇ ਕਰਦੇ ਹਾਂ ਬ੍ਰੇਕਫਾਸਟ चिली सॉस नहीं पई सी होट एंड चिली मिल गई है ठीक है विच को ओपन करते हैं लो जी नहा के हो गए फ्रैश तो शॉप पर आ गए हैं तो बैठे मैं सवेर का ही सगा तो हूँ गया सगा फ्रैश होके आ गया तो हूँ की है हूँ कुछ एडिटिंग करते हैं तो प्लस दो ढाई बजे लंच करते हैं उन्नी देर ग्रीन टी पी लें तो जी लंच आ चुका अपना
ਸੇਮੀਆਂ ਮਿੱਠੀਆਂ ਸੇਮੀਆਂ ਕਹਿੰਦੇ ਨੇ ਸਾਈ ਜੀ ਨੂੰ ਸੇਮੀਆਂ ਜੀ ਸੇਮੀਆਂ ਲਓ ਜੀ ਅੱਜ ਨਾ ਥੋੜ੍ਹਾ ਜਿਹਾ ਬਿਜ਼ੀ ਸ਼ਡਿਊਲ ਸੀਗਾ ਅਤੇ ਕਸਟਮਰ ਸੀ ਸ਼ੋਪ 'ਤੇ ਅਤੇ ਫਰੀ ਹੋਏ ਨਹੀਂ ਅਤੇ ਹੁਣ ਬਸ ਰਾਤ ਹੋ ਗਈ ਆ ਅਤੇ ਹੁਣ ਮਸਤੀ ਦਿਖਾਉਂਦੇ ਹਾਂ ਤੁਹਾਨੂੰ ਜਿੱਦਾਂ ਦੋ ਬਲੋਗਾਂ 'ਚ ਪਿਛਲੇ 'ਚ ਦਿਖਾਈ ਆ ਅਤੇ ਬਾਕੀ ਬਣੇ ਰਹੋ ਇਸ ਬਲੋਗ 'ਚ ਆ ਗਿਆ ਪਿਆਜ਼ ਅਤੇ ਆਹ ਹੈਗੀ ਆ ਮਿਰਚ ਆਹ ਕੀ ਆ ਤਿੰਨ ਬੰਦੇ ਰੋਟੀ ਵਾਸਤੇ ਨਹੀਂ ਕਿ ਸਬਜ਼ੀ ਹੈ ਮੀ ਦੋ ਬੰਦਿਆਂ ਦੀ ਮੈਂ ਡਾਈਟਿੰਗ 'ਤੇ ਅਤੇ ਨਾਲ ਆ ਗਏ ਫੁਲਕੇ ਇਹ 'ਚ ਛੋਟੇ ਨਜ਼ਰ ਆਉਂਦੇ ਹੋਣੇ ਉੱਦਾਂ ਠੀਕ ਠਾਕ ਹੀ ਆ ਅਸਲ 'ਚ ਗੱਲ ਪਤਾ ਕੀ ਹੈ ਜੀ ਸਾਡੀਆਂ ਥੋੜ੍ਹੀਆਂ ਸਿਹਤਾਂ ਜਿਹੜੀਆਂ ਹੈਗੀਆਂ ਨਾ ਉਹ ਸਾਰਿਆਂ ਦੀਆਂ ਹੈਗੀਆਂ ਚੰਗੀਆਂ ਸਿਹਤਾਂ ਚੰਗੀਆਂ ਨਹੀਂ ਆ ਦਰਦਾਂ ਜ਼ਿਆਦਾ ਆ ਕਹਿਣ ਦਾ ਭਾਅ ਇਹ ਹੈ ਕਿ ਇਸ ਕਰਕੇ ਮੈਂ ਫੁੱਲ ਡੇ ਰੂਟੀਨ ਵੀ ਇਸ ਬਲੋਗ 'ਚ ਦਿਖਾਇਆ ਤੁਹਾਨੂੰ ਕਿ ਅਸੀਂ ਸਵੇਰ ਤੋਂ ਸ਼ਾਮ ਤੱਕ ਜਿਹੜੀ ਰੋਟੀ ਖਾਂਦੇ ਹਾਂ ਉਹ ਨੋਰਮਲੀ ਖਾਈਦੀ ਹੈ ਠੀਕ ਹੈ ਬਾਕੀ ਫਿਰ ਵੀ ਤੁਹਾਨੂੰ ਜ਼ਿਆਦਾ ਮੇਰੇ ਤੋਂ ਜ਼ਿਆਦਾ ਮਾਤਾ ਸ਼੍ਰੀ ਦੱਸ ਸਕਦੇ ਆ ਪੁੱਛਦੇ ਹਾਂ ਮਾਤਾ ਦੱਸੋ ਮਾਤਾ ਜੀ ਰੋਟੀ ਬਾਰੇ ਖਾਈਦਾ ਤਾਂ ਅਸੀਂ ਕੀ ਹੈ ਨੋਰਮਲੀ ਹਾਂ ਖਾਈਦਾ ਤਾਂ ਅਸੀਂ ਨੋਰਮਲੀ ਹੈ ਦੋ ਫੁਲਕੇ ਸਵੇਰੇ ਦੋ ਦੁਪਹਿਰੇ ਦੋ ਸ਼ਾਮੀ ਸੈਕਿੰਡ ਬਲੌਗ ਹੈ ਇਹ ਮੈਂ ਦਾ ਹੀ ਦਿਖਾਇਆ ਹਾਂਜੀ ਦੱਸੋ ਸਬਜ਼ੀ ਬਸ ਪਿਆਜ਼ ਪਰ ਵੈਸੇ ਸਿਹਤ ਹੀ ਇੱਦਾਂ ਹੈ ਕਿ ਹਾਂ ਪਤਾ ਨਹੀਂ ਕੀ ਖਾਂਦੇ ਕਿ ਅਸੀਂ ਕੁਝ ਵੀ ਨਹੀਂ ਖਾਂਦੇ ਤਾਂ ਵੀ ਸਾਡੀ ਸਿਹਤ ਹਾਂ ਡਬਲ ਹੀ ਹੈ ਹਨਾ ਡਬਲ ਹੀ ਹੈ ਜੇ ਕੁਝ ਵੀ ਨਹੀਂ ਖਾਈਏ ਫਿਰ ਵੀ ਸਾਡੀ ਸਿਹਤ ਦਾ ਰਾਜ ਹੈ ਕਿਉਂਕਿ ਅਸੀਂ ਖੁਸ਼ ਰਹਿੰਦੇ ਹਾਂ ਖੁਸ਼ ਨਹੀਂ ਰਹਿੰਦੇ ਖੁਸ਼ ਤਾਂ ਚਲੋ ਠੀਕ ਹੈ ਮਤਲਬ ਕਿ ਇਹ ਹੈ ਕਿ ਸਾਨੂੰ ਸਲਾ ਪਾਣੀ ਵੀ ਲੱਗ ਜਾਂਦਾ ਹੈ ਹਾਂ ਆਹ ਦੇਖੋ ਜੀ ਹੁਣ ਆ ਸੁੱਕਾ ਫੁੱਕਾ ਦੋ ਫੁਲਕੇ ਬਾਕੀ ਤੁਹਾਨੂੰ ਦਿਖਾਈ ਆ ਫੁੱਲ ਡੇ ਸੰਡੇ ਨੂੰ ਹਾਂਜੀ ਫਲਾਰ ਲੈਣੇ ਆ ਰੋਜ਼ ਲੈਣੇ ਉਹ ਕਹਦੇ ਰੋਜ਼ ਲੱਗੇ ਹੋਏ ਲੋ ਜੀ ਬਲੌਗ ਜਿਹੜਾ ਸੀ ਕੰਟੀਨਿਊ ਹੋਰ ਜ਼ਰੂਰ ਕਰਨਾ ਸੀਗਾ ਪਰ ਪਤਾ ਕੀ ਗੱਲ ਹੈ ਵਿਊ ਹੋ ਰਹੇ ਵੀਡੀਓ ਨੂੰ 100+ ਅਤੇ ਲਾਈਕ ਹੋ ਰਹੇ ਸਿਰਫ 5 ਅਤੇ ਕਮੈਂਟ ਉੱਤੇ 1 ਵੀ ਨਹੀਂ ਆ ਰਿਹਾ ਅਤੇ ਜਿਸ ਦਿਨ ਕਮੈਂਟ ਜਾਂ ਲਾਈਕ ਸ਼ੁਰੂ ਹੋ ਜੂਗੇ ਤਾਂ ਫਿਰ ਕੋਸ਼ਿਸ਼ ਕਰੂੰਗਾ ਠੀਕ ਹੈ ਜੀ